हाय वे रब्बा वे किडे टाइम दे जुग दे बल रे मेथों आ पगी कि मॉडलिंग मार मॉडल मॉडल जमाने दी कथों आ कितना मैं रोटी मांगदा भी रोटी ला दे आमलेट बना दा भी दस आमलेट में सर्च मारूंगा साडे कोई खावे ना करे आमलेट पता नहीं कितों बंदे खानी जा के आटा नहीं छड़दी मीट नहीं छड़दी कोड़न तुरदा सटदा मैं तो मुंह चो ही ना निकल जांदा मैं खांदा नहीं करदा नहीं सुनदी है कदर मर गई ओ नो आई आई तेन होर काम धंधा है कि ना कोई मैं तो YouTube देख रही थी कोई पैंट वगैरह दे डिजाइन कोई न्यू आई है बूट कट ओ देख रही थी हाय ओए रब्बा आपा ओ कजंगा होर की कहंती ओक मींस दस मैं कहना भी दस 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 केड़े कपड़े पसंद आए तेनु दस थोनू तो बोलण दा ही नहीं पता हैगा बिल्कुल भी ए प्यार दा शब्द है साडे यही कहंदे हुंदे ने अच्छा हां मैं थोड़े रुखा बोल भाई पौक इन कितना पौक ओ अच्छा बक ले छेती हां प्यार दे शब्द साडे ठीक है आ वाली ड्रेस किदा मैनू पहले ही पता सी तुसी देख के हसना ए कुड़ियां दे पौण वाली आ वैसे प्राइस इदा ज्यादा नहीं हैगा 10,000 दी आ हां मैनू बुलाया आउना ताई आउना ओथे तां कोई हैगा भी नहीं ताई रुक के लग रही है मरन मैनू ताई हां हां मैं आ गया 1 मिनट आ गया आ गया वैसे ताई मैनू कोई दिखदी ते है नहीं चल कोई ना 10,000 ही लेने ने कड़वा के ता मैं हटूंगी आ ड्रेस मैं ना पावा कोई नहीं सकदा ले कुड़ी आई कहने ने जेले दे बहू आई है निक्की जे बोल दी बुलाई है तिखा तिखा देख के आंदे मैं मार के आंदे चल गल्ला मैं भी मार लूंगी आठे कही जे पता देखो तेरी मेरी मेरे तेरी ले कुड़ी मेरे पता मोबाइल है भैया फोटो खिंच के लियाऊंगी बुलाई सोहनी लगती है हाय ये की बोली जाती है मेरे नाल केड़ी फोटो खिंचूगी मैं तो लगता इसे च मिस पूजा वाला भूत आ रहा है चल गल कर दें कहां जाके एक लड़का और एक लड़की की ये कहानी है ओह गुड आफ्टरनून ताई जी ना पुत्त गुड़ तेन उन वाली चाह नहीं मैं पींदी है एवं ठीक है पुत्त एवं ठीक है नहीं मेरा मीन सीगे दोपहर वाली सस्रीकाल अच्छा सस्रीकाल पुत्त सस्रीकाल दोपहरे भी सस्रीकाल हुंदी आ कोई गल नहीं तुसी बैठो इत्थे खड़ेगा तो ताई जी एक्चुअली मेनू ना सिंगिंग करन दा ना बहुत ही क्रेज है मैं वधिया गा रही सी पुत्त मेनू तां वधिया लग्या पर मेनू समझ समझ कुछ नहीं आई हैगी एक्चुअली मैं ना हिंदी सॉन्ग गा रही सी अच्छा मैं थोड़े तक गल पुछा पुछ 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 दादा ने पुछा ਤੁਸੀਂ ਤੇ ਉਹ ਚਵਾਰੇ ਦੇ ਖੜਕੇ ਉਹਨਾਂ ਨੂੰ ਆਵਾਜ਼ ਮਾਰੀ ਸੀ ਬਟ ਤੁਸੀਂ ਇੱਥੇ ਆ ਗਏ ਫਿਰ ਉਹ ਕਿੱਥੇ ਚਲ ਗਏ ਮੈਨੂੰ ਨਹੀਂ ਪਤਾ ਪੁੱਤ ਮੈਂ ਨਹੀਂ ਮਾਰੀ ਬਾਜ-ਬੂਜ ਉਹ ਤਾਂ ਕੰਜਰਾ ਹੀ ਜੀ ਆ ਕਹਿੰਦਾ ਕੁਸਾ ਕਮਾਉਂਦਾ ਕੁਸਾ ਓ ਕਿਸੇ ਨੇ ਹੋਰੇ ਤਾਂ ਨਹੀਂ ਮਾਰਤੀ ਬਾਜ ਮੈਨੂੰ ਲੱਗ ਗਿਆ ਪਤਾ ਬਸ ਐਡਰੈਸ ਦੀ ਗੱਲ ਕਰ ਰਹੀ ਸੀ ਚਲੋ ਕੋਈ ਨਾ ਛੱਡੋ ਐਡਰੈਸ ਕੀ ਦਾ ਪੁੱਤ ਕਿਹੜਾ ਐਡਰੈਸ ਪੁੱਛਣਾ ਮੈਨੂੰ ਪੁੱਛ ਮੈਂ ਦੱਸ ਦੂੰਗੀ ਨਹੀਂ ਉਹ ਐਡਰੈਸ ਨਹੀਂ ਐਕਚੁਅਲੀ ਮੈਂ ਨਾ ਇੱਥੇ ਚਲੋ ਤੁਹਾਨੂੰ ਕੀ ਦੱਸਣਾ ਹੈ ਮੈਂ ਨਾ ਇੱਕ ਐਡਰੈਸ ਕੀਤੀ ਸੀ ਸਿਲੈਕਟ ਉਹਦਾ ਪ੍ਰਾਈਸ ਥੋੜਾ ਜ਼ਿਆਦਾ ਸੀ 10,000 ਦੀ ਸੀ ਤੇ ਉਹਨਾਂ ਨੇ ਬਹਾਨਾ ਮਾਰਤਾ ਕਹਿੰਦੇ ਮੈਨੂੰ ਕੋਈ ਬੁਲਾ ਰਿਹਾ ਹੈ ਇਗਨੋਰ ਕਰਕੇ ਚਲੇ ਗਏ 10,000 ਦੀ ਪੱਟੇਗੀ ਸਾਡੇ ਮੁੰਡੇ ਨੂੰ ਘਰੋਂ ਕੱਢੇਗੀ ਉਹ ਨਹੀਂ ਨਹੀਂ ਤਾਈ ਜੀ ਇਹ ਤਾਂ ਕਰੇਜ਼ ਹੈ ਅੱਜ ਕੱਲ ਤੁਸੀਂ ਪਾ ਕੇ ਦੇਖਿਓ ਬਾਲ ਹੀ ਸੋਹਣੇ ਲੱਗੋਗੇ ਤੁਸੀਂ ਤਾਂ ਆਲਰੇਡੀ ਹੈਗੇ ਹੀ ਸੋਹਣੇ ਹੋ ਨਹੀਂ ਮੈਨੂੰ ਤਾਂ ਤੇਰੇ ਤਾਏ ਨੇ ਪਜਾਮਾ ਜਾਮਾ ਸਾ ਲਿਆ ਕੇ ਦਿੱਤਾ ਮੈਂ ਤੇ ਇਹਦੇ ਨਾਲ ਵੀ ਤਾਂ ਪ੍ਰੋਪਰ ਜਿਹਾ ਲੱਗ ਜਾਂਦਾ ਹੈ ਗੈਰ ਲੈਣਾ ਨਹੀਂ ਵੈਸੇ ਬਹੁਤ ਸੋਹਣਾ ਲੱਗਦਾ ਤੁਸੀਂ ਐਦਾਂ ਕਰਿਓ ਮੈਂ ਜੀ ਲਿਆ ਕੇ ਦੇਵਾਂ ਤੁਸੀਂ ਟਰਾਈ ਕਰਕੇ ਦੇਖੋਗੇ ਸੱਚੀ ਮੇਰੇ ਲਈ ਜੀ ਹਾਏ ਨਹੀਂ ਮੈਂ ਕਹੀ ਜੀ ਲੱਗੂਗੀ ਹਾਂ ਤੁਸੀਂ ਤਾਂ ਬਹੁਤ ਜ਼ਿਆਦਾ ਸੋਹਣੀ ਲੱਗੋਗੇ ਪਰ ਪਲੀਜ਼ ਮੇਰੇ ਹਸਬੈਂਡ ਨੂੰ ਨਾ ਦੱਸਿਓ ਨਹੀਂ ਭੈਣੇ ਬਸ ਜੀਨ ਜੂਨ ਕਿਹੜੀ ਕਹਿਣੀ ਆ ਸੜਦੇ ਤੇਰੇ ਤਾਂ ਮੈਨੂੰ ਘਰੋਂ ਕੱਢ ਦੂਗਾ ਨਹੀਂ ਤੁਸੀਂ ਇੱਥੇ ਟਰਾਈ ਕਰਕੇ ਨਾ ਮੈਂ ਥੋੜੀ ਸਨੈਪਸ ਲੈ ਦੂੰਗੀ ਤੁਸੀਂ ਉਤਾਰ ਕੇ ਫਿਰ ਘਰੇ ਚੱਲ ਜਿਓ ਮੇਰੇ ਫੋਟੋ ਖਿੱਚ ਦੇਂਗੇ ਟਰਾਈ ਫੋਟੋ ਖਿੱਚ ਦੇਂਗੇ ਹਾਂਜੀ ਚਲੋ ਟਰਾਈ ਕਰਦੇ ਆ ਮੈਨੂੰ ਆਇਆ ਕਰ ਮੈਨੂੰ ਤੇਰਾ ਜੀ ਪਵਾ ਕੇ ਦਿਖਾ ਦੇ ਆਜੂਗੀ ਨਹੀਂ ਇਹ ਨਹੀਂ ਹੋਣੀ ਐਕਚੁਅਲੀ ਮੈਂ ਤਾਂ ਸਲਿਮ ਆ ਨਾ ਤੁਹਾਡੇ ਆਣੀ ਨਹੀਂ ਮੈਂ ਤੁਹਾਨੂੰ ਦੂਜੀ ਬੂਟ ਕਟ ਵਾਲੀ ਜੀਨ ਦੇ ਦਿੰਨੀ ਆ ਨਹੀਂ ਕੋਈ ਜੈਨੇ ਵਾਲੀ ਪਾਉਗੀ ਉਹ ਪਾ ਲੂੰਗੀ ਆ ਜਾ ਭੱਜਾ ਤੂੰ ਹੁਣ ਤਾਂ ਆਂਟੀ ਜੀ ਜਲਦੀ ਟਰਾਈ ਕਰੋ ਇਸ ਤੋਂ ਪਹਿਲਾਂ ਕੋਈ ਆ ਜੇ ਆਉਂਦੀ ਆ ਮੇਰਾ ਪੁੱਤ ਆਉਂਦੀ ਆ ਜਲਦੀ ਟਰਾਈ ਕਰੋ ਸਨੈਪਸ ਵੀ ਲੈਣੀ ਆ ਤੁਹਾਡੀਆਂ ਆ ਗਈ ਲਿਆ ਜਾ ਜੀ ਪੁੱਤ ਤਾਈ ਜੀ ਕੀ ਹੋ ਗਿਆ ਜੀਨ ਪਾਈ ਤਾਂ ਨਹੀਂ ਤੁਸੀਂ ਪਾਰਕੀ ਆ ਉਤਾਰ ਦੋ ਜਲਦੀ ਉਹ ਆ ਗਏ ਹੁਣ ਮੈਂ ਕੀ ਕਰਾਂ ਉਤਾਰ ਦੋ ਪਲੀਜ਼ ਜਲਦੀ ਪਹਿਲਾਂ ਤਾਂ ਮਸਾ ਹੋ ਫਸਾਈ ਆ ਮੈਂ ਉਹ ਤਾਂ ਨਹੀਂ ਕਰਦੇ ਆਂਟੀ ਜੀ ਆਵਾਜ਼ ਦੇ ਰਹੀ ਜਲਦੀ ਉਤਾਰ ਦੋ ਨੈਕਸਟ ਟਾਈਮ ਪੱਕਾ ਟਰਾਈ ਕਰਦੀ ਆ ਮੈਂ ਉਤੋਂ ਦੀ ਪਜਾਮਾ ਜਾਂ ਪਾ ਲੈਂਦੀ ਹਾਂ ਜਲਦੀ ਆ ਰਹੀ ਆ
ਹਾਂ ਜੀ ਤੂੰ ਕੀ ਕਰੀਏ ਨੇ ਮੈਂ ਤੈਨੂੰ ਚਾਹ ਚਾਹ ਨੂੰ ਕਹਿਣ ਲੱਗ ਰਿਹਾ ਕਰਦਾ ਉਹ ਤੇ ਤਾਈ ਜੀ ਸੀ ਅੰਦਰ ਤਾਈ ਤੂੰ ਉਰ ਫਿਰਦੀ ਐ ਮੈਂ ਇਹਨੂੰ ਅੱਧਾ ਮੁੰਡੇ ਪਾ ਲਿਆ ਉਹ ਤੁਹਾਡੀ ਮੈਂ ਸੁਣ ਵਾਲੀ ਮਰ ਤਾਏ ਮੱਕਰ ਬਣਾਉਣ ਲੱਗ ਰਿਹਾ ਭੱਜ ਕੇ ਜਾ ਬੂਮਾ ਮਰ ਜਾ ਮਤਲਬ ਜਾ 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 ਸੁਣ ਲੈ ਤਾ ਕੜਕ ਤੇ ਚੂਹੀ ਫਸ ਗਈ ਤੂੰ ਤਾਂ ਆਪੇ ਸਾਹਮਣ ਤੂੰ ਜਾਗਰ ਭੱਜ ਕੇ ਜਾ ਬਣਾਉਣ ਲੱਗ ਰਿਹਾ ਮਤਲਬ ਕੜਕਾ ਵੀ ਨਹੀਂ ਚੱਕ ਤੇ ਮੈਂ ਸੁਣ ਵਾਲੀ ਐ ਤੂੰ ਰਦਾ ਸਾਂਪ ਮੰਗਦੀ ਐ ਹਾਂ ਹੈ ਮੈਂ ਤਾਂ ਇਹ ਕਹਿ ਰਹੀ ਸੀ ਹਾਂ ਤੁਸੀਂ ਜੀ ਇਹ ਪਿਆਰ ਦਾ ਸ਼ਬਦ ਹੈ ਸਾਡੇ ਪੌਂਕਾ ਇੱਕ ਤਾਂ ਤੁਸੀਂ ਆ ਪਿਆਰ ਨਾ ਹਰ ਥਾਂ ਤੇ ਦਿਖਾ ਦਿੰਦੇ ਹੋ ਮੈਂ ਇਹ ਕਹਿ ਰਹੀ ਸੀ ਕਿ ਤੁਸੀਂ ਵੀ ਜੀਨ ਪਾ ਲਿਆ ਕਰੋ ਪਲੀਜ਼ ਆ ਨਾ ਪਾਇਆ ਕਰੋ ਜਲੂਸ ਜਾ ਹਾਂ ਕੰਮ ਕਰਾ ਜਲੂਸ ਜਲਾਸ ਨਾ ਕਹੀ ਜੁੱਤੀ ਦਿੰਦੀ ਐ ਸਰ ਚੇੜ ਦੂੰ ਮਾਰ ਮਾਰ ਦੇਖ ਲੈ ਤੇਰੇ ਜਲੂਸ ਲੱਗਦਾ ਏ ਨਾ ਜਲੂਸ ਐ ਦੇਖੀ ਲੈ ਇਹ ਤਾਂ ਸਾਡਾ ਪਹਿਰਾਵਾ ਸਾਡਾ ਵਿਰਸਾ ਹੈ ਤਾਂ ਬਣਿਆ ਜਲੂਸ ਦੀ ਆ ਤੂੰ ਤੂੰ ਕਿੰਨੇ ਦਾ ਹਾਂ ਸਿਰ ਚੇੜ ਦਾ ਮਤਲਬ ਐ ਕਹਿੰਦਾ ਮੈਂ ਵੀ ਤੂੰ ਮਾੜੀ ਮੋਟੀ ਲਿਆ ਤਾਂ ਸਿੱਖ ਲੈ ਓ ਮਾਈ ਗੋਡ ਇੱਕ ਤਾਂ ਮੈਨੂੰ ਕਦੇ ਕਦੇ ਐਵੇਂ ਲੱਗਦਾ ਕਿ ਤੁਸੀਂ ਮੈਨੂੰ ਗਾਲਾਂ ਦੇ ਰਹੇ ਹੋ ਤੂੰ ਸਿਰ ਦੀ ਸੁੱਡਣ ਐ ਹੁਣ ਇਹ ਕਿਹੜਾ ਜੋਕ ਆ ਇਹ ਮੈਂ ਤਾਂ ਕਹਿੰਦਾ ਤੂੰ ਪੋਲੀਆਂ ਨੂੰ ਪਤਾ ਨਹੀਂ ਕਰਦਾ ਓ ਐ ਮੈਂ ਪਤਾ ਕੀ ਸੋਚ ਰਹੀ ਸੀ ਮੈਂ ਨਾ ਆਪਣੀ ਡਰੈਸ ਮੰਗਵਾ ਰਹੀ ਆ ਤੂੰ ਰਹਿਣ ਦੇ ਰਹਿਣ ਦੇ ਮੈਨੂੰ ਕਿਉਂ ਜਾਣੇ ਕੀ ਰਾਜਾ ਚ ਪਤਾ ਮੇਰਾ ਕੰਨਾ ਚਰ ਚੱਲੂਗਾ ਆ ਬੰਨੇ ਤੇਰੇ ਮੂਰੇ ਹੱਥ ਫਿਰ ਚਲੋ ਐਵੇਂ ਕਰੋ ਮੈਂ ਆਪਣੀ ਰਹਿਣ ਦਿੰਦੀ ਆ ਤੁਹਾਡੇ ਵਾਸਤੇ ਮੰਗਵਾਵਾਂ ਇੱਕ ਪੈਂਟ ਮੈਂ ਤਾਂ ਲੋੜ ਨਹੀਂ ਹੈਗੀ ਆ ਬੰਨੇ ਤੇਰੇ ਮੂਰੇ ਹੱਥ ਆਪਣੇ ਬਾਪੂ ਵਾਲੇ ਤਿੰਨ ਚਾਰ ਹੋ ਪਏ ਨੇ ਖੁੱਲੇ ਪਜਾਮੇ ਜੇ ਉਹ ਪਾ ਲੈ ਤੂੰ ਅੱਜ ਕੱਲ੍ਹ ਜਿਹੜਾ ਤੁਹਾਡਾ ਮੈਟਰ ਕੀ ਕਹਿੰਦੀ ਹੁੰਦੀ ਉਹ ਪਲਾਜਾ ਪੂਜਾ ਨਹੀਂ ਕਹਿੰਦੀ ਹੁੰਦੀ ਉਹ ਪਾ ਲਿਆ ਕਰ ਕਿਉਂ ਪੈਸੇ ਕਾਲੇਂਗੀ ਬਾਉਲੀ ਚੁੱਗਾ ਚਾੜੋ ਕਰਦੇ ਮੇਰਾ ਨਹੀਂ ਤੂੰ ਤਾਂ ਉਹੀ ਸਿਰੇ ਦੀ ਸੁੱਡਲ ਤੇ ਸਿੰਡਲ ਰਹਿ ਗਈ ਸਿੰਡਲ ਮਤਲਬ ਨਹੀਂ ਸੁੱਡਲ ਤੇ ਸਿੰਡਲ ਸੁੱਡਲ ਤਾਂ ਹੁੰਦੀ ਹੈ ਭੋਲੀ ਸਿੰਡਲ ਹੁੰਦੀ ਹੈ ਸਿਆਣੀ ਮੇਰਾ ਮਤਲਬ ਬਸ ਮੇਰਾ ਬੋਲੇ ਰੁੱਖ ਹੈ ਮੇਰਾ ਓ ਐਕਚੁਅਲੀ ਉਹਦਾ ਜੱਟ ਸੋਨੇ ਵਰਗਾ ਨਹੀਂ ਜਮਾ ਹੋ ਨਹੀਂ ਹੈਗਾ ਤੁਸੀਂ ਤਾਂ ਬਹੁਤ ਹੀ ਫੈਂਟੈਸਟਿਕ ਨੇਮ ਦਿੱਤਾ ਤੁਸੀਂ ਨੇ ਮੈਨੂੰ ਅਟਵਾ ਸਿੰਗਲ ਕਹਿ ਕੇ ਬੁਲਾਇਆ ਉਹ ਕਹਿੰਦੀ ਤੂੰ ਕਹਿੰਦੀ ਬਾਟੀਫੁੱਲ ਕੀ ਕਹਿੰਦੀ ਹੁੰਦੀ ਹੈ ਮੀਨਸ ਬਿਊਟੀਫੁੱਲ ਹਾਂ 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 ਉਹੀ ਉਹੀ ਵਾਓ ਤੁਸੀਂ ਮੇਰੀ ਕਿੰਨੀ ਤਾਰੀਫ ਕਰਦੇ ਹੋ ਮੈਂ ਨਾ ਇਸ ਖੁਸ਼ੀ 'ਚ ਤੁਹਾਡੇ ਵਾਸਤੇ ਨਾ ਬਲੈਕ ਟੀ ਬਣਾ ਕੇ ਲਿਆਉਣੀ ਆ ਇਹ ਤੂੰ ਰਹਿਣ ਦੇ ਮੈਂ ਤਾਂ ਮਾਰੂ ਇਹ ਪਿਆਦੇ ਆ ਨਹੀਂ ਪੀਂਦਾ ਹੈਗਾ ਤੇਰਾ ਮੈਂ ਕਾਲਾ ਜਾ ਪਣੀ ਜਾ ਚਲੋ ਅਗੋੜ ਜ਼ਰੂਰ ਪਾਣੀ ਚੰਗਾ ਸਿੰਡਲ ਮੈਂ ਲੈ ਆਉਂਦੀ ਹਾਂ ਪਰ ਸੀਰੀਅਸਲੀ ਕਹਾਂ ਮੈਂ ਨਾ ਸਾਰੀਆਂ ਫਰੈਂਡਸ ਨੂੰ ਕਾਲ ਕਰਕੇ ਕਹੂੰਗੀ ਕਿ ਤੁਸੀਂ ਆਪਣੇ ਹਸਬੈਂਡ ਨੂੰ ਕਿਹਾ ਕਰੋ ਕਿ ਉਹ ਸਾਨੂੰ ਸਿੰਡਲ ਕਹਿ ਕੇ ਬੁਲਾਉਣ ਵਾਓ ਚੰਗਾ 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 ਲਿਆ ਬੜੀ ਚੌੜੀ ਹੋ ਗਈ ਹੈ ਨਾ ਲੈ ਸੱਚੀ ਸਹੀ ਗੱਲ ਹੈ ਕਾਹਨੂੰ ਸ਼ੈਰੀ ਨੂੰ ਕਾਹਦਾ ਪਤਾ ਹੁੰਦਾ ਹੈ ਜੇ ਮਰਜ਼ੀ ਪੁੱਠੇ ਸਿੱਧੇ ਨਾਂ ਲਈ ਚੱਲ ਇਹਨਾਂ ਦੇ ਉਸ ਮਰਜ਼ੀ ਗੱਲ ਹੈ ਇਹਨੂੰ ਕੀ ਪਤਾ ਵੀ ਸਿੰਡਲ ਕੀ ਹੁੰਦਾ ਹੈਗਾ ਸਿੰਡਲ ਪਤਾ ਕੌਣ ਹੁੰਦਾ ਐਡ ਐਡ ਗੱਠ ਗੱਠ ਸਿੱਧਾ ਨਾਲੀ ਹੁੰਦੀ ਹੈਗੀ ਪੁੱਟਰ ਸਿੰਡਲ ਸੁੱਟਣਾ ਲਿਆ ਕਰਾ ਚਾਹ आज कल तेरे मेरे प्यार के चर्चे हर जुबान पर सबको मालूम है और सबको खबर हो गई चाह ना पड़ोदी किवें लूंदी आंदी है ਤੁਸੀਂ ਚਾਹ ਵੀ ਕੇ ਦੇਖੋ ਜਮਾ ਹੀ ਸਿਰਾ ਲਾਇਆ ਪਿਆ ਮੈਂ ਚਾਹ ਮੈਂ ਤੈਨੂੰ ਕਿੰਨੇ ਵਾਰ ਕਹਿ ਤੂੰ ਕਾਲਜ ਪਾ ਲਿਆ ਕਰ ਇਹ ਜੇ ਤਿੰਨ ਦਾ ਘੁੱਟ ਆਉਂਦੇ ਨੇ ਪਹਿਲੀ ਵਾਰ ਤੱਤੀ ਹੁੰਦੀ ਆ ਵਿਚਾਲੀ ਹੁੰਦੀ ਆ ਬੱਸਰ ਦੀ ਥੱਲੋਂ ਫਿਰ ਗੱਲ ਨਿਕਲ ਜਾਂਦੀ ਹੈ ਮੈਨੂੰ ਤੇ ਤੁਹਾਡੀ ਗੱਲਾਂ ਸਮਝ ਨਹੀਂ ਤੁਸੀਂ ਚਾਹ ਵੀ ਕੇ ਦੇਖੋ ਬਸ ਨਹੀਂ ਸਿੰਡਲ ਆਪਰਾ ਕਰਦੇ ਚੰਗਾ ਤੁਸੀਂ ਮੇਰੀ ਵਾਰ ਵਾਰ ਤਾਰੀਫ ਨਾ ਕਰਿਆ ਕਰੋ ਲੈ ਇਹਨੂੰ ਕੀ ਪਤਾ ਵੀ ਤਾਰੀਫ ਕਰੀ ਆ ਜਾਂ ਤੈਨੂੰ ਭੰਡਿਆ ਗਿਆ ਹੈ ਸੱਚੀ ਉਹ ਸੁੱਡੜ ਦੇ ਸਿੰਡਲ ਹੈ ਤਾਂ ਪੀ ਚਾ ਮੇਰੀ ਗੱਲ ਸੁਣੋ ਹਾਂ ਮੇਰਾ ਜਦੋਂ ਚਾਹ ਬਣਾ ਰਹੀ ਸੀ ਨਾ ਮੈਂ ਮੇਰੀ ਫਰੈਂਡ ਨੂੰ ਵੀਡੀਓ ਕਾਲ ਲਾਈ ਸੀ ਤੇ ਉਹਨੂੰ ਇਹ ਗੱਲ ਦੱਸਤੀ ਮੈਂ ਅੱਛਾ ਕਿ ਮੇਰਾ ਹਸਬੰਡ ਨਾ ਮੇਰੀ ਬਹੁਤ ਤਾਰੀਫ ਕਰਦਾ ਹੈ ਮੈਨੂੰ ਪਿਆਰ 'ਚ ਸੁੱਡਲ ਤੇ ਸਿੰਡਲ ਕਹਿ ਕੇ ਬੁਲਾਉਂਦਾ ਸਟੂਪਿਡ ਇਹ ਕੀ ਹੁੰਦਾ ਹੈ ਇਹ ਕੀ ਕੀਤਾ ਸਟੂਪਿਡ ਦਾ ਮਤਲਬ ਹੁੰਦਾ ਹੈ ਸਮਝਦਾਰ ਤੇ ਸਿਆਣਾ ਅੱਛਾ 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 ਵਾਹ ਉਹ ਜੱਲਿਆ ਲੈ ਕਹਿੰਦੇ ਬਲੈਤਣ ਮੈਂ ਮੰਗੂਆ ਨਾ ਫਿਰਦੀ ਆ ਪਰਾਂ ਥੱਲੇ ਲੂਹੀ ਦੇਖ ਲੈ ਆਪ ਹੀ ਆ ਗਈ ਦੋ ਥੱਲੇ ਹਾਂ ਅੱਛਾ ਅੱਛਾ ਹੋਰ ਕੀ ਇਹ ਦੋ ਥੱਲੇ ਮੀਨਸ ਇਹ ਦੋ ਥੱਲੇ ਨੇ ਵੀ ਆਪਸੀ ਮਿਲ ਵਰਤਨ ਪ੍ਰੇਮ ਭਾਵਨਾ ਹੁੰਦੀ ਆ ਉਹ ਕਿਤੇ ਤੁਸੀਂ ਜੋਕ ਵੀ ਬਹੁਤ ਕਰਦੇ ਵਾਹ ਵਾਹ ਨਹੀਂ ਸੁੱਟਲੇ ਕਿੰਨਾ ਚਾਹ ਪੀ ਲੈ ਪਲੀਜ਼ ਐਨੀ ਤਾਰੀਫ ਨਾ ਕਰਿਆ ਕਰੋ ਚਾਹ ਪੀ ਲਓ